ਕੀ ਨਾਮ ਹੈ ਕੁਲਵਿੰਦਰ ਕੌਰ ਕਿਹੜੀ ਵਾਰਡ ਤੋਂ ਜਿੱਤੇ ਹੋ ਤੇ ਕਿਹੜੀ ਪਾਰਟੀ 5 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਕਿਵੇਂ ਲੱਗ ਰਿਹਾ ਤੁਹਾਨੂੰ ਜਿੱਤ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਵਰਕ ਕਰੋਗੇ ਡਿਵੈਲਪਮੈਂਟ ਕਰਾਵਾਂਗੇ ਜੀ ਗੱਜ ਵੱਜ ਕੇ ਆਓ ਗੱਲ ਕਰਦੇ ਹਾਂ ਅਨੀਸ਼ ਅਗਰਵਾਲ ਜੀ ਦੀ ਮਿਸਿਸ ਨੇ ਚੋਣ ਆਪਣੀ ਸੀਟ ਜਿੱਤੀ ਆ ਉਹਨਾਂ ਨਾਲ ਗੱਲ ਕਰਦੇ ਮੁਬਾਰਕਾਂ ਮੈਡਮ ਥੈਂਕ ਯੂ ਮੈਮ ਕੀ ਨਾਮ ਆ ਤੇ ਕਿਹੜੀ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਜਿੱਤੇ ਹਾਂਜੀ ਅਨੂ ਅਗਰਵਾਲ ਇੰਡੀਅਨ ਨੈਸ਼ਨਲ ਕਾਂਗਰਸ ਤੋਂ 29 ਵਾਰਡ ਨੰਬਰ ਤੇ ਆਉਣ ਵਾਲੇ ਸਮੇਂ 'ਚ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਉਹਨਾਂ ਦਾ ਕਿਸ ਤਰੀਕੇ ਤੁਸੀਂ ਖਰਚ ਕਰੋਗੇ ਬੜੀ ਅੱਛੀ ਤਰ੍ਹਾਂ ਕਰਾਂਗੇ ਜੋ ਕੁਛ ਸੋਚਿਆ ਹੋਇਆ ਵੈ ਬਹੁਤ ਅੱਛੀ ਤਰ੍ਹਾਂ ਕਰਾਂਗੇ ਕਿਉਂਕਿ ਜੇ ਟਿਕਟ ਮਿਲੀ ਸੀ ਤਾਂ ਵੀ ਲੋਕਾਂ ਕਰਕੇ ਜੇ ਜਿੱਤ ਹੋਈ ਹੈ ਤਾਂ ਵੀ ਲੋਕਾਂ ਕਰਕੇ ਹੀ ਹੈ ਅਤੇ ਮਤਲਬ ਕਿ ਆਉਣ ਵਾਲੇ 5 ਸਾਲਾਂ ਬਾਅਦ ਲੋਕਾਂ ਨੂੰ ਵੀ ਫਖਰ ਹੋਏਗਾ ਜੇ ਇਹਨਾਂ ਨੂੰ ਜਿਤਾਇਆ ਵੈ ਅਤੇ ਸਾਡੀ ਵੋਟ ਖਰੀ ਉਤਰੀ ਹੈ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਹੋਏਗੀ ਕਿ ਹਰ ਇੱਕ ਦੀ ਉਮੀਦਾਂ 'ਤੇ ਖਰੇ ਉਤਰੀ ਔਰ ਨਗਰ ਨਿਗਮ ਦੇ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ ਆਓ ਅਸੀਂ ਪੁੱਛਦੇ ਹਾਂ ਜਿਹੜਾ ਕੈਂਡੀਡੇਟ ਜਿੱਤਾ ਉਹਦਾ ਨਾਂ ਕੀ ਹੈ ਕਿਹੜੀ ਵਾਰਡ ਹੈ ਕਿੰਨੀਆਂ ਵੋਟਾਂ ਨਾਲ ਉਹਨਾਂ ਦੀ ਸਫਲਤਾ ਮਿਲੀ ਹੈ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤੁਸੀਂ ਉਮੀਦਵਾਰ ਦਾ ਨਾਂ ਦੱਸੋ ਅਤੇ ਆਪਣਾ ਵਾਰਡ ਦੱਸੋ ਕਿਹੜਾ ਜੀ ਮੇਰੇ ਧਰਮ ਪਤਨੀ ਸੁਧਾ ਮਹਾਜਨ ਵਾਰਡ ਨੰਬਰ 27 ਤੋਂ ਕੈਂਡੀਡੇਟ ਸੀ ਔਰ ਇਲਾਕੇ ਦੇ ਲੋਕਾਂ ਨੇ ਪੂਰਾ ਸਤਿਕਾਰ ਔਰ ਪਿਆਰ ਦਿੱਤਾ ਔਰ ਵੱਡੀ ਲੀਡ ਦੇ ਨਾਲ ਸੀਟ ਜਿਹੜੀ ਹੈ 27 ਨੰਬਰ ਵਾਰਡ 'ਚੋਂ ਜਿੱਤੀ ਆ ਔਰ ਮੈਂ ਸਮਝਦਾ ਕਿ ਅਗਰ ਚੁਣਾਵ ਲੋਕਤੰਤਰਿਕ ਢੰਗ ਨਾਲ ਹੁੰਦੇ ਤਾਂ ਸ਼ਾਇਦ ਰਿਜ਼ਲਟ ਕੁਝ ਹੁੰਦੇ ਮੇਰਾ ਵਾਰਡ ਸ਼ਹਿਰ ਦਾ ਸਭ ਤੋਂ ਵੱਡਾ ਵਾਰਡ ਸੀ ਔਰ 5015 ਵੋਟਾਂ ਸੀ ਔਰ ਏਰੀਆ ਅੱਧਾ ਹਲਕਾ ਬਟਾਲੇ ਸ਼ਹਿਰ ਦਾ ਨਾਲ ਜੋੜਿਆ ਮਗਰ ਫਿਰ ਵੀ ਕੋਈ ਵੋਟ ਕਿਤੇ ਕੋਈ ਕਿਤੇ ਮੇਰੇ ਪੋਲਿੰਗ ਸਟੇਸ਼ਨ 4 ਦੇ 3 ਥਾਂ 'ਤੇ ਬਣਾਏ ਗਏ ਜਿਹੜੇ 3-3 ਕਿਲੋਮੀਟਰ ਦੂਰ ਔਰ ਸਿਰਫ ਸਰਕਾਰ ਦੀ ਇੱਕ ਮੰਸ਼ਾ ਸੀ ਨੀਅਤ ਸੀ ਸਰਕਾਰ ਨੇ ਗੁੰਡਾਗਰਦੀ ਦੇ ਨਾਲ ਲੋਕਤੰਤਰਿਕ ਤਰੀਕੇ ਨੂੰ ਕ੍ਰਸ਼ ਕੀਤਾ ਲੋਕਤੰਤਰ ਦਾ ਘਾਣ ਕੀਤਾ ਔਰ ਲੋਕਤੰਤਰ ਦਾ ਘਾਣ ਹੀ ਨਹੀਂ ਕੀਤਾ ਇਹ 40 ਸਾਲ ਮੇਰੀ ਸਿਆਸੀ ਲਾਈਫ ਹੈ 40 ਸਾਲ ਦੀ ਸਿਆਸੀ ਲਾਈਫ 'ਚ ਮੈਂ ਦੇਖਿਆ ਇਹੋ ਜਿਹਾ ਲੋਕਤੰਤਰ ਦਾ ਘਾਣ ਕਰਨ ਵਾਲੇ ਲੋਕ ਆਉਣ ਵਾਲੇ ਸਮੇਂ 'ਚ ਇਹਦੀ ਅੰਤਾ ਬਟਾਲੇ ਦੀ ਜ਼ਰੂਰ ਜਵਾਬ ਦੇਗੀ ਬਟਾਲੇ ਦੀ ਆਵਾਮ ਇਹਨਾਂ ਨੂੰ ਜ਼ਰੂਰ ਯਾਦ ਰੱਖੇਗੀ ਔਰ ਇਹ ਜਿਹੜੀਆਂ ਚੀਜ਼ਾਂ ਅੱਜ ਕਿਸਾਨੀ ਮੁੱਦੇ 'ਤੇ ਲੋਕਾਂ ਨੂੰ ਵਰਗਲਾਇਆ ਗਿਆ ਅੱਜ ਕਿਸਾਨੀ ਮੁੱਦੇ ਦੇ ਉੱਤੇ ਆਣ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਪਲਟੇਗਾ ਤਾਂ ਫਿਰ ਲੋਕ ਪਛਤਾਉ ਯਾਦ ਕਰਨਗੇ ਵੀ ਉਹ ਜਿਹੜਾ ਤਰੀਕਾ ਸੀ 800 ਵਾਰਡ 900 ਦਾ ਵਾਰਡ 5000 ਦਾ ਵਾਰਡ 3300 ਦਾ ਵਾਰਡ 3800 ਦਾ ਵਾਰਡ ਕਿਸ ਹੱਦ ਨਾਲ ਲੀਕਾਂ ਵਾਹੀਆਂ ਹੈਗੀਆਂ ਅੱਜ ਤੱਕ ਲੋਕਤੰਤਰ ਤਰੀਕੇ 'ਚ ਇਹ ਨਹੀਂ ਹੋਇਆ। इंडिया क्राइम न्यूज, जुर्म के खिलाफ जंग। आप देख रहे हैं इंडिया क्राइम न्यूज।